अस्सलाम वालेकुम सज्जनों ते बेलियो, की हाल चाल है तुहाडा? ठीक ठाक हो? अ जिहड़े तुहानू एक दिखाण लगे सिस्टम, अ जिहड़े बंदे कहिंदे आ ना कि असी परदेस जाणा, बाहर जाणा, अ परदेसियां दा हाल चैक करियो, जरा एक वारी देखियो ते फिर तुसी आपे ही इहदा नतारा करना कि की हिसाब किताब हुंदा परदेसियां नाल, अ चैक करियो जरा। अस्सलाम वालेकुम अनवार भाई, चाचो जी की हाल चाल है? ठीक ठाक हो? अल्लाह का शुक्र है जी। की हाल दसी है? की बन रहा है जी अजकल? अल्लाह का सारा शुक्र है, मालिक दा, देख लो की करदे पए। की करदे पए? दोपहर शाम यही काम है सारे। अच्छा जी, अल्लाह दा रिज़क है। अच्छा, पर लेकिन हुन यही खाते पै गया साडे। उठे जे पाकिस्तान च सी ते ए सीगा यार तू रुक जा, यार तू रुक जा, तू ना जा, यार तू ना जा। जे इत्थे आ गए ते 5 महीने हो गए घर ही, सिर्फ वाटा कुन्नन दा ही वीजा मिलया सानू दा। अच्छा, ਹੋਰ ਕੋਈ ਕੰਮ ਕਰਨ ਦਾ ਵੀਜ਼ਾ ਨਹੀਂ ਮਿਲਿਆ। ਦੱਸੋ ਕੀ ਕਰੀਏ ਅਸੀਂ, ਕਿੱਥੇ ਜਾਈਏ? ਬਹਿ ਬਹਿ ਕੇ ਗੋਡੇ ਹੋਰ ਰਹਿ ਗਏ ਆ। ਦੱਸੋ ਹੁਣ ਅਸੀਂ ਕੀ ਕਰੀਏ? ਉਹ ਚਾਚਾ ਗੁੱਸਾ ਨਹੀਂ ਕਰੀਦਾ ਯਾਰ। ਉਹ ਯਾਰ ਗੁੱਸਾ ਕਿਵੇਂ ਨਾ ਕਰਾਂ ਯਾਰ, ਯਾਰ ਨਹੀਂ ਉਹ ਫਿਰ ਉਹੀ ਗੱਲ ਕਰਦਾ। ਉਹ ਚੱਲ ਆਟਾ ਤਾਂ ਗੁੰਨ ਲਾ, ਫਿਰ ਬਾਅਦ ਚ ਰੱਖ ਲਈ ਯਾਰ। ਪਾ ਪਾਣੀ ਪਾ, ਦੱਸੀ ਕਿੰਨਾ ਕੁ ਪਾਵਾਂ? ਸਿਰ 'ਚ ਵੀ ਪਾ ਦੇ ਤੇ ਉਹਦੇ 'ਚ ਵੀ ਪਾ ਦੇ। ਆਟਾ ਤਾਂ ਗੁੰਨ ਲਾ ਯਾਰ, ਤੂੰ ਲੜੀ ਜਾਣ ਦਿਆ ਫਿਰ ਉਹੀ। ਨਾ ਨਾ ਲੜੋ ਕੋਈ ਨਹੀਂ, ਹੁਣ ਪਰਦੇਸੀਆਂ ਦਾ ਇਹੀ ਹਿਸਾਬ ਹੁੰਦਾ ਹੈ। ਯਾਰ ਮੈਂ ਰੋਕਦਾ ਰਿਹਾ, ਨਾ ਨਾ ਨਾ, ਚਾਚੇ ਨੇ ਮੰਨੀ ਨਹੀਂ ਮੇਰੀ। ਉਦੋਂ ਤੇ ਖੱਪ ਪਾਈ ਹੁੰਦੀ ਸਾਰਿਆਂ ਨੇ, ਪਰੇ ਹੋ ਯਾਰ ਜਹਾਜ ਲੰਘ ਜਾਣਾ ਮੇਰਾ। ਬੈਗਾਂ ਵਿੱਚ ਕੀ ਲੈ ਆਉਂਦੇ ਘਰ ਜਦੋਂ ਦੇ ਬੈਗ ਭਰ ਭਰ ਲਿਆਉਂਦੇ? ਇਹ ਨਹੀਂ ਪਤਾ ਇੱਥੇ ਕੀ ਭਾਵੇ ਕਿਤੇ। ਆ ਦੇਖੋ ਆਟਾ ਗੁੰਨ ਲਓ, ਕੱਪੜੇ ਧੋ ਲਓ ਜੀ, ਭਾਂਡੇ ਧੋ ਲਓ, ਆ ਸਫਾਈਆਂ ਕਰ ਲਓ। ਇੱਕ ਦਿਨ ਸਫਾਈ ਨਾ ਕਰੋ ਅਗਲਾ ਬੰਦਾ ਕਹਿੰਦਾ ਓਏ ਕੰਮ ਕਿਉਂ ਨਹੀਂ ਕਰਦਾ ਤੂੰ? ਓ ਯਾਰ ਪਾਣੀ ਵੀ ਪਾਲਾ ਵੀ, ਟਰਟਰ ਕਰੀ ਜਾਏਗਾ ਤੂੰ। ਓ ਅੱਛਾ ਅੱਛਾ, ਆ ਦੇਖਿਆ ਬੇਲੀਓ, ਆ ਹਾਲ ਹੁੰਦਾ ਜੇ ਪਰਦੇਸੀਆਂ ਦਾ, ਅੱਖ ਜੇ ਪਏ ਦੋਨੇ। ਥੋੜੀ ਲੜੀ ਜਾਣਾ ਤੇ ਰੋਟੀ ਵੀ ਪਕਾਉਣੀ ਆ ਦੇ ਤੂੰ। ਅੱਲਾ ਦੇ ਬੰਦੇ, ਮੈਂ ਤੇ ਯਕੀਨ ਕਰ ਰਿਹਾ ਤੂੰ ਉੱਤੇ ਇਮਾਰਤ ਹੋਵੇ ਨਾ ਵੱਡੀ ਤੇ ਉੱਥੋਂ ਛਾਲ ਮਾਰਦੇ ਆ ਜਿਹੜਾ ਮੇਰਾ ਹਾਲ ਹੋਇਆ ਹੋਇਆ। ਉਹ ਨਹੀਂ ਨਹੀਂ ਅੱਲਾ 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 ਬੁਰੀਆਂ ਕਰੂਗਾ, ਟੈਨਸ਼ਨ ਨਹੀਂ ਲੈਣੀ। 4-5 ਲੱਖ ਰੁਪਇਆ ਸੀ, ਅਗਲੇ ਕਹਿੰਦੇ ਸੀ ਯਾਰ ਇੱਥੇ ਕੋਈ ਛੋਟਾ ਜਿਹਾ ਕਾਰੋਬਾਰ ਕਰ ਲਾ ਆਪਣਾ। ਮੈਂ ਕਿਹਾ ਯਾਰ ਇੱਥੇ ਕੀ ਕਾਰੋਬਾਰ ਕਰ, ਮੈਂ ਆਪਣੀ ਜਗ੍ਹਾ ਵੇਚ ਕੇ ਤਾਂ ਆਇਆ ਇੱਥੇ। ਉਹ ਯਾਰ ਆਟਾ ਵੀ ਤਾਂ ਗੁੰਨ ਲਾ ਯਾਰ। ਯਾਰ ਗੁੰਨ ਲੈਨੇ ਆਟਾ ਯਾਰ, ਅੱਲਾ ਆ ਪਿਆ ਆਟਾ ਗੁੰਨ, ਆਟਾ ਗੁੰਨ ਲਾਈ ਹੈ ਚਾਚੀ। ਆਟਾ ਗੁੰਨ ਲੈ, ਏਡਾ ਤੂੰ 3 ਮਹੀਨੇ ਹੋ ਗਏ ਭੁੱਖਾ ਫਿਰਨ ਦੇ। ਚਲੋ ਕੋਈ ਨੀ ਕੋਈ ਨੀ, ਹੁਣ ਕਰੋ ਕੀ ਕਰ ਸਕਦੇ, ਹੁਣ ਪਰਦੇਸੀਆਂ ਦਾ ਆਹੀ ਹਾਲ ਹੁੰਦਾ ਯਾਰ। ਪਰਦੇਸ 'ਚ ਤਾਂ ਇਹ ਹਾਲ ਹੁੰਦਾ ਵਾ, ਲੇਕਿਨ ਹਰ ਬੰਦੇ ਨੇ ਬੱਕਰੀ ਸਮਝਿਆ, ਇਧਰੋਂ ਰੱਸੀ ਫੜੀ ਉਧਰ ਤੋਰ ਲਿਆ, ਉਧਰੋਂ ਰੱਸੀ ਫੜੀ ਉਧਰ ਤੋਰ ਲਿਆ ਯਾਰ। ਚਲ ਪਾਣੀ ਪਾਵਾਂਗੇ ਨਾ, ਪਾਣੀ ਸਿਰ 'ਚ ਪਾ ਦੇ ਮੇਰੇ, ਪਾਣੀ ਪਾਵਾਂਗੇ ਨਾ। ਓਏ ਹੋਏ ਹੋਏ, ਆ ਦੇਖਿਆ ਪਰਦੇਸੀਓ, ਆ ਥੋੜਾ ਜਿਹਾ ਪਾਣੀ ਕਿੰਨਾ ਆ। ਘਰੋਂ ਸਾਰੇ ਕਹਿੰਦੇ ਆ ਕਿ ਬਸ ਵੀ ਪਰੇ ਹਟ ਜਾਓ, ਅਸੀਂ ਬਾਹਰ ਜਾਣਾ ਹੈ। ਆ ਬਾਹਰ ਦੇ ਦਾ ਹਾਲ ਦੇਖ ਲਓ, ਕੱਲ ਲੱਗਾ ਨਾ ਗੁੰਦੀ ਕੇ ਪਤਲਾ ਗੁੰਦਾ ਸੀ ਕੱਲ ਤੂੰ। ਦੇਖਿਆ ਏਦਾਂ ਹੁੰਦਾ ਜੇ। ਇਹੀ ਮਸ਼ਵਰਾ ਸਾਰੇ ਭੈਣ ਭਰਾਵਾਂ ਨੂੰ ਕਿ ਕੋਈ ਬਾਹਰ ਨਾ ਆਵੇ ਜਿਹਦੇ ਕੋਲ ਲੱਖਾਂ, 2 ਲੱਖਾਂ, 3 ਲੱਖਾਂ ਆਪਣੀ ਰੇਹੜੀ ਲਾ ਲਓ, ਚਾਵਲ ਛੋਲੇ ਲਾ ਲਓ, ਦਾਲ ਚਨੇ ਲਾ ਲਓ, ਜੋ ਕੋਈ ਮਰਜ਼ੀ ਲਾ ਲਓ, ਬਾਹਰ ਨਾ ਆਈਓ। ਤੇ ਜਿਹੜੇ ਚਾਚਾ ਉੱਥੇ ਕਹਿੰਦੇ ਆ ਕਿ ਜੇ ਤੁਸੀਂ ਕਮਾਉਣ ਨੇ ਤੇ ਉਹ ਉਹਨਾਂ ਦਾ ਕੀ ਕਰੀਏ ਫਿਰ? ਉਹਨਾਂ ਨੂੰ ਇਹੀ ਹੈ ਸਲਾਮ ਕਿ ਤੁਹਾਡੀ ਮਿਹਰਬਾਨੀ, ਮਿੰਨਤ ਕਰਦੇ ਆ ਕਿ ਇੱਥੇ ਆਓ ਨਾ, ਬਸ ਅੱਧੀ ਖਾ ਲਓ, ਆਪਣੇ ਘਰ ਦੀ ਖਾ ਲਓ। ਇੱਥੇ 3 ਖਾ ਕੇ ਵੀ ਨਹੀਂ ਰੱਜਦੇ, ਉੱਥੇ ਅੱਧੀ ਖਾ ਕੇ ਰੱਜ ਜਾਓਗੇ। ਸਹੀ ਗੱਲ, ਨਹੀਂ ਨਾ ਉੱਥੇ ਵਾਲੇ ਨਹੀਂ ਨਾ ਸਮਝਦੇ, ਰੌਲਾ ਇਹ ਆ। ਆ ਹੁਣ ਸਮਝ ਜਾਣਗੇ ਆ ਵੇਖ ਕੇ। ਆ ਜਦੋਂ 3 ਟਾਈਮਾਂ ਗੁੰਨਾ ਪੈਂਦਾ ਨਾ, ਉਦੋਂ ਪਤਾ ਲੱਗ ਜੂਗਾ ਆਪੇ ਹੀ। ਚਲ ਹੁਣ ਜਲਦੀ ਗੁੰਨਾ, ਸਫਾਈ ਵੀ ਕਰਨੀ ਹਲੇ। ਬਸ ਆ ਸੁਣਦੇ ਪਏ ਆ ਹੁਣ, ਕੱਲ੍ਹ ਦੇ ਕੱਪੜੇ ਪਾਏ ਮਸ਼ੀਨ 'ਚੋਂ, ਕਿੰਨੇ ਕੱਢਣੇ? ਮੇਰੇ ਅੱਬੇ ਨੇ ਆ ਗਏ, ਮੈਂ ਵੀ ਧੋਣੇ ਯਾਰ। ਭਾਈ ਸਾਨੂੰ ਤਾਂ ਕੱਪੜਿਆਂ ਤੋਂ ਬਗੈਰ ਹੀ ਇੱਥੇ ਫੇਰਨ ਦਾ ਕਹਿ ਰਹੇ ਹੋ। ਪਾਣੀ ਪਾ ਦੇਵਾਂ ਕਿ ਰਹਿਣ ਦੇ? ਪਾ ਦੇ ਥੋੜ੍ਹਾ ਯਾਰ। ਇਹ ਕਿੰਨੀ ਕੁ ਦੇਰ ਲੱਗਣੀ ਹੈ ਨਵਾਰ? ਆ ਜਿੱਦਾਂ ਗੱਲ ਕਰਨ ਡਿਆ ਸੀ ਤਾਂ ਭਾਈ 3 ਮਹੀਨੇ ਨਹੀਂ ਮੁਕਣਾ ਹੈ ਆਟਾ, 5 ਮਹੀਨੇ ਤਾਂ ਵੈਸੇ ਹੋ ਗਿਆ ਇਹਨੂੰ, 3 ਮਹੀਨੇ ਦਿਨ ਇੱਕ ਵਾਰੀ ਦਾ ਆਟਾ ਗੁਣਾ। ਫਿਰ ਕਹਿੰਦੇ ਬੋਲਦਾ ਬੋਲਦਾ ਬੋਲਦਾ, ਇਹ ਕੋਈ ਗੱਲ ਆ ਯਾਰ? ਉੱਥੇ ਚਾਚਾ ਵੀ ਕਹਿੰਦਾ ਸੀ, ਚਾਚਾ ਕਹਿੰਦਾ ਸੀ ਨਾ ਕਿ ਪਰੇ ਹੋ ਜਾ ਮੈਂ ਜਾਣਾ। ਭੂਤ ਸਵਾਰ ਸੀ ਮੇਰੇ, ਭੂਤ ਜਿੰਨ ਸਵਾਰ ਸੀ ਮੇਰੇ, ਜਾਣਾ ਬਾਹਰ, ਜਾਣਾ ਬਾਹਰ, ਆਇਓ ਅੰਬ ਜਿਹੜੇ ਅੰਬ ਮੈਂ ਚੁਪਣ ਡਿਆ ਉਹ ਹੋਰ ਕੋਈ ਭਰਾ ਵੀ ਆ ਕੇ ਚੁਪ ਲਵੇ। ਮੈਂ ਉਦੋਂ ਬੜਾ ਕਹਿੰਦਾ ਰਿਹਾ ਚਾਚਾ ਠੰਡੀ ਕਰ ਠੰਡੀ ਕਰ ਠੰਡੀ ਕਰ, ਨਹੀਂ ਨਹੀਂ ਤੱਤੀ ਤੱਤੀ ਖਾਣੀ ਸੜਿਆ ਨਾ ਮੂੰਹ। ਹੁਣ ਨਸੀਬ ਦੀ ਗੱਲ ਆ, ਕੀ ਕਰ ਸਕਦੇ ਆ? ਜੋ ਨਸੀਬ ਸੀ ਸੀ ਮਿਲ ਗਿਆ, ਅਲਹਮਦੁਲਿਲਾ ਬਾ ਠੀਕ ਆ, ਸ਼ੁਕਰ ਅੱਲਾ ਪਾਕ ਦਾ। ਪਾਣੀ ਪਾ ਇਹਨਾਂ ਜਿੰਨ ਜ਼ਰਦਾਰੀ ਦਾ ਨਾ ਤਕਰੀਰ ਕਰੀ, ਇਹਨਾਂ ਪਾਣੀ ਪਾਉਂਦਾ ਨਹੀਂ ਪਿਆ। ਚੱਲ ਨਾ ਕਰ, ਤੁਹਾਨੂੰ ਫਿਰ ਇਹੀ ਰਿਕੁਐਸਟ ਆ
ਤੁਹਾਡੀ ਮਿਹਰਬਾਨੀ ਹੈ ਕਿ ਸੋਚ ਸਮਝ ਗਿਆ ਹੋ ਜੇ ਆਉਣਾ ਹੈ ਨਾ ਬਾਹਰ। ਉਹ ਯਾਰ ਆਟਾ ਗੋਲਾ ਰਿਕਵੈਸਟਾਂ ਦੀ ਬਾਅਦ ਕਰਦਾ ਰਹੀ ਮੈਂ ਹੁਣ ਤੋਂ ਸ਼ਹਿਰ ਦਾ ਅੱਧਾ ਘੰਟਾ ਰਹਿ ਗਿਆ ਮੁੜ ਕੇ ਮੌਲਵੀ ਨੇ ਕਹਿ ਦੇਣਾ ਆਸਾਨ ਹੋ ਗਈ ਚੱਲ ਬਈ। ਉਹ ਨਮਕ ਨਹੀਂ ਪਾਉਣਾ ਤੁਸੀਂ? ਨਮਕ ਭਾਈ ਸਿਰ 'ਚ ਪਾ ਦੇ ਮੇਰੇ ਪਾ ਦੇ ਨਮਕ ਨਮਕ ਨਹੀਂ ਪਾਉਣਾ ਐਡਾ ਤੂੰ ਘੱਟ ਬਲੱਡ ਪ੍ਰੈਸ਼ਰ ਦਾ ਮਰੀਜ਼ ਪਾ ਪਾਣੀ। ਉਹ ਨਾ ਕੋਈ ਨਹੀਂ ਚਲੋ ਹੁਣ ਗੁਜ਼ਾਰਾ ਤਾਂ ਕਰਨਾ ਹੀ ਆ ਫਿਰ ਪ੍ਰਦੇਸ਼ ਤੁਹਾਨੂੰ ਪਤਾ ਹੀ ਆ ਚਾਚਾ ਫਿਰ ਪ੍ਰਦੇਸ਼ਾਂ ਦੀਆਂ ਤੇ ਫਿਰ ਇਹੀ ਤੇ ਕਹਾਣੀਆਂ ਹੁੰਦੀਆਂ। ਸਹੀ ਕੌਣ ਆਟਾ ਹੁਣ ਇਹਨੂੰ ਸਿੱਧਾ ਕੀ ਕਰਦੇ ਆ ਮੈਂ ਦੱਸ ਮੈਨੂੰ ਪ੍ਰਦੇਸ਼ੀ ਤਿੰਨ ਬੋਰੇ ਮਿਕਸ ਕਰਨੇ ਪੈਂਦੇ ਐਡਾ ਸੋਹਣਾ ਆਟਾ ਹੈਗਾ ਉੱਥੇ ਇੱਕੋ ਹੀ ਆਟਾ 20 ਕਿਲੋ ਦਾ ਥੈਲਾ ਲਓ ਚਲੋ ਗੁੰਨ ਕੇ ਬਾਹਰ ਮਾਰੋ ਇੱਥੇ ਤਿੰਨ ਤਿੰਨ ਬੋਰੇ ਇਕੱਠਾ ਕਰੋ ਪਹਿਲਾਂ ਲਾਲ ਪਾਓ ਫਿਰ ਹਰਾ ਪਾਓ ਫਿਰ ਚਿੱਟਾ ਪਾਓ ਕੋਈ ਗੱਲ ਨਾ ਕਰਨ ਲਈ ਆ ਤਿੰਨ ਆਟੇ ਮਿਕਸ ਕੀਤੇ ਆ ਫਿਰ ਜਾ ਕੇ ਕਿਤੇ ਰੰਗ ਬਣਿਆ ਇਹਦਾ ਚਾਚੇ ਨੂੰ 5 ਮਹੀਨੇ ਹੋ ਗਏ ਆ ਤੇ ਉਹਦੀਆਂ ਗੱਲਾਂ ਸੁਣ ਲਓ। ਉਹ ਭਾਈ ਬੜਾ ਔਖਾ ਜੇ ਪ੍ਰਦੇਸ਼ ਆ ਦੇਖ ਲਓ ਆਟਾ ਗੁੰਨਣਾ ਪੈਂਦਾ 3 ਟਾਈਮ। ਮੈਂ ਤਾਂ ਫਿਰ ਭਾਈ ਮਿਹਨਤ ਕਰਦਾ ਹੱਥ ਬੰਨ ਕੇ ਆਟੇ ਵਾਲੇ ਹੱਥ ਜੋੜ ਕੇ ਇਹ ਮਿਹਨਤ ਕਰਦਾ ਤੁਹਾਡੀ ਕਿ ਮੇਰੇ ਭਰਾਓ ਅੱਧੀ ਖਾ ਲਓ ਘਰ ਖਾ ਲਓ ਮਿਹਰਬਾਨੀ ਤੁਹਾਡੀ ਬਸ ਇੱਥੋਂ ਦੀਆਂ 3 ਅਤੇ ਉੱਥੋਂ ਦੀ ਅੱਧੀ ਇੱਕ ਬਰਾਬਰ ਹੈ। ਚਾਚਾ ਪਤਲਾ ਹੋ ਗਿਆ ਤਾਂ ਪਤਲਾ ਹੋ ਗਿਆ ਭਾਈ ਬੋਰਾ ਲਿਆ ਕੇ ਇਹਨੇ ਵਿੱਚ ਪਾ ਦੇ ਫਿਰ ਜੇ ਪਤਲਾ ਹੋ ਗਿਆ ਤਾਂ ਜਾਂ ਇਹਨੂੰ ਬੋਰੇ 'ਚ ਪਾ ਦੇ। ਨਹੀਂ ਤੇ ਨਮਕ ਨਹੀਂ ਪਾਉਣਾ ਯਾਰ ਨਮਕ ਛੱਡ ਤੂੰ ਬਾਰ ਬਾਰ ਨਮਕ ਕਹਿੰਦਾ ਪਾ ਦੇ ਡੱਬਾ ਪੂਰਾ ਪਾਕਿਸਤਾਨ ਨੀ ਸੁਣ ਲੋ ਕਦੇ ਪਾਕਿਸਤਾਨ ਪਾਣੀ ਨੀ ਪੀਤਾ ਸੀ ਤੁਰ ਕੇ ਆਪ ਪਾਣੀ ਭਰ ਕੇ ਕੂਲਰ ਚ ਅਲਹਮਦੁਲਿਲਾ ਬੱਚਿਆਂ ਨੇ ਦੇਣਾ ਘਰਦਿਆਂ ਨੇ ਦੇਣਾ ਇੱਥੇ ਹਰ ਕੰਮ ਆਪ ਕਰਨਾ ਹਰ ਕੰਮ ਆਪ ਕਰਨਾ ਉਹ ਕੱਪੜੇ ਪਏ ਆ 15-20 ਸੂਟ ਉਹ ਮਸ਼ੀਨ 'ਚ ਹਜੇ ਉੱਦਾਂ ਹੀ ਪਏ ਇੱਧਰੋਂ ਫਾਰਗ ਹੋ ਕੇ ਉਹਨਾਂ ਨੂੰ ਧੋ ਕੇ ਉੱਥੋਂ ਸੈਰੀ ਦਾ ਟਾਈਮ ਹੋ ਜਾਣਾ ਤਵਾ ਚੁੱਲ੍ਹੇ 'ਤੇ ਰੱਖ ਦੇਣਾ ਉੱਧਰੋਂ ਫਿਰ ਰੋਟੀ ਰੂਟੀ ਖਾ ਕੇ ਤਾਂ ਫਿਰ ਨਮਾਜ਼ ਪੜ੍ਹ ਕੇ ਫਿਰ ਪੈ ਜਾਣਾ ਫਿਰ ਉੱਠਣਾ ਦੌਰ ਬਣਨੀ ਸ਼ੁਰੂ ਹੋ ਜਾਣਾ ਸਬਜ਼ੀ ਕੱਟਣੀ ਯਾਰ ਅਸੀਂ ਤਾਂ ਯਕੀਨ ਕਰ ਜੇਲ੍ਹ ਨਾਲੋਂ ਵੀ ਭੈੜੇ ਆ ਤੇ ਉੱਥੇ ਕਿਉਂ ਕਹਿੰਦੇ ਸੀਗੇ ਕਿ ਜਾਣਾ ਜਾਣਾ ਭਾਈ ਤੈਨੂੰ ਕੀ ਦੱਸਾਂ ਤੈਨੂੰ ਇਹੀ ਤਾਂ ਦੱਸੀ ਜਾਂਦਾ ਵਾ ਵੀ ਉਹ ਜਿੰਨ ਭੂਤ ਸਵਾਰ ਸੀਗਾ ਵੀ ਉੱਥੇ ਜਾਣਾ 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 ਜਿਵੇਂ ਪਤਾ ਨਹੀਂ ਇੱਥੇ ਅੱਬੇ ਸਾਡੇ ਨੇ ਕੋਈ 50 ਮਰੱਬੇ ਰੱਖੇ ਸੀਗੇ ਇਹ ਮੁਲਕ ਦੇ ਵਿੱਚ ਜਾਓ ਜੀ ਜਾ ਕੇ ਉੱਥੇ ਜਾ ਕੇ ਸਾਈਨ ਕਰਾਓ ਤੇ ਆਪਣੇ ਨਾਂ ਕਟਾ ਕੇ ਆ ਜਾਓ। ਬਸ ਕੀ ਕਰੀਏ ਯਾਰ ਵਕਤ ਨਾਲ ਹੁਣ ਗੁਜ਼ਾਰਾ ਤਾਂ ਕਰਨਾ ਕਿ ਨਹੀਂ ਕਰਨਾ ਉਹ 2000-2500 ਰਿਆਲ ਦੀ ਟਿਕਟ ਲੱਭਣੀ ਆ ਉਹ ਭਾਈ ਮੈਂ ਫਿਰ ਜਾਣਾ ਵਾਪਸ। ਚਲੋ ਠੀਕ ਆ ਜੀ ਅੱਲਾ ਖੈਰ ਕਰੇ ਇਨਸ਼ਾਅੱਲਾ ਅੱਲਾ ਤਾਲਾ ਚਾਚੇ ਦੀਆਂ ਆਸਾਂ ਉਮੀਦਾਂ ਪੂਰੀਆਂ ਕਰੇਗਾ ਅੱਲਾ ਇਹਦੀਆਂ ਮੁਸ਼ਕਿਲਾਂ ਆਸਾਨ ਕਰੇਗਾ ਬਾਕੀ ਉਹ ਯਾਰੋ ਤੇ ਦੋਸਤੋ ਯਾਦ ਰੱਖੀਓ ਉਹ ਯਾਰ ਕਹਿਣ ਦਾ ਸਾਨੂੰ ਪਤਾ ਨਹੀਂ ਇੰਗਲਿਸ਼ 'ਚ ਲਿਖਿਆ ਹੁੰਦਾ ਐ ਸੂਸ ਜਿਹਾ ਕਰਕੇ ਉਹਨੂੰ ਸਬਸਕ੍ਰਾਈਬ ਵੀ ਜਾਓ ਕੀ ਕਹਿੰਦੇ ਉਹਨੂੰ ਉਹ ਵੀ ਕਰ ਦਿਓ ਬਟਨ ਦੇ ਹੱਥ ਲਾ ਦਿਓ ਚਾਚਾ ਹੋਰ ਕੀ ਕਹਿੰਦੇ ਹੁੰਦੇ ਸੀ ਤੇ ਉਹ ਛੋਟੀ ਜਿਹੀ ਨਹੀਂ ਹੁੰਦੀ ਉਹ ਬੱਕਰੇ ਦੇ ਗੱਲ 'ਚ 22 ਘੰਟੇ ਜੀ ਉਹਨੂੰ ਮਾੜਾ ਜਿਹਾ ਨਾ ਟਨ ਕਰਦੀ ਮਿਹਰਬਾਨੀ ਤੁਹਾਡੀ ਅਤੇ ਦੁਆਵਾਂ 'ਚ ਯਾਦ ਰੱਖੀਓ ਟਾਟਾ ਬਾਏ ਬਾਏ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੰਦਰੁਸਤ ਓਕੇ ਓਕੇ ਜੀ ਸਜਣੋ ਸਲਾਮ ਵਾਲੇਕੁਮ ਆਪਣਾ ਖਿਆਲ ਰੱਖਿਓ ਹੁਣ ਦੇਖ ਕੇ ਤੇ ਆਪੇ ਹੀ ਫੈਸਲਾ ਕਰ ਲਿਓ।